ਬਿਲਾਵਲ ਮਹੱਲਾ ਚੌਥਾ ਅਸ਼ਟਪਦੀਆਂ ਘਰ 11 ਰਾਗ ਬਿਲਾਵਲ ਦੇ 11 ਘਰ ਵਿੱਚ ਉਚਾਰਨ ਕੀਤੀਆਂ ਹੋਈਆਂ ਇਹ ਅਸ਼ਟਪਦੀਆਂ ਧੰਨ ਗੁਰੂ ਰਾਮਦਾਸ ਜੀ ਦੀਆਂ ਹਨ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਪਰਮਾਤਮਾ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ। ਆਪੇ ਆਪ ਖਾਏ ਹਉ ਮੇਟੈ, ਅਣਦਿਨ ਹਰ ਰਸ ਗੀਤ ਗਵਈਆ। ਹੇ ਭਾਈ, ਜਿਹੜਾ ਮਨੁੱਖ ਹਰ ਵੇਲੇ ਹਰ ਨਾਮ ਰਸ ਦੇ ਗੀਤ ਗਾਉਂਦਾ ਰਹਿੰਦਾ ਹੈ, ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਹਰ ਨਾਮ ਵਿੱਚ ਪਰਚਿਆ ਜਾਂਦਾ ਹੈ, ਉਹ ਮਨੁੱਖ ਪ੍ਰਭੂ ਦੇ ਆਪੇ ਵਿੱਚ ਆਪਣਾ ਆਪ ਲੀਨ ਕਰਕੇ ਆਪਣੇ ਅੰਦਰੋਂ ਹੋਮੇ ਮਿਟਾ ਲੈਂਦਾ ਹੈ। ਗੁਰਮੁਖ ਪਰਚੈ ਕੰਚਨ ਕਾਇਆ, ਨਿਰਭਉ ਜੋਤੀ ਜੋਤ ਮਿਲਈਆ। ਵਿਕਾਰਾਂ ਤੋਂ ਬਚੇ ਰਹਿਣ ਕਰਕੇ ਉਸਦਾ ਸਰੀਰ ਸੋਨੇ ਵਰਗਾ ਸ਼ੁੱਧ ਹੋ ਜਾਂਦਾ ਹੈ, ਉਸਦੀ ਜਿੰਦ ਨਿਰਭਉ ਪ੍ਰਭੂ ਦੀ ਜੋਤ ਵਿੱਚ ਲੀਨ ਰਹਿੰਦੀ ਹੈ। ਮੈਂ ਹਰ ਹਰ ਨਾਮ ਆਧਾਰ ਰਮਈਆ। ਹੇ ਭਾਈ, ਸੋਹਣੇ ਰਾਮ ਦਾ ਹਰ ਨਾਮ ਮੇਰੇ ਵਾਸਤੇ ਮੇਰੀ ਜ਼ਿੰਦਗੀ ਦਾ ਆਸਰਾ ਬਣ ਗਿਆ ਹੈ। ਖਿੰਨ ਪਲ ਰਹਿ ਨਾ ਸਕੋ ਬਿਨ ਨਾਵੈ, ਗੁਰਮੁਖ ਹਰ ਹਰ ਪਾਠ ਪੜਈਆ। ਰਹਾਉ, ਹੁਣ ਮੈਂ ਉਸਦੇ ਨਾਮ ਤੋਂ ਬਿਨਾਂ ਇੱਕ ਖਿੰਨ ਇੱਕ ਪਲ ਵੀ ਨਹੀਂ ਰਹਿ ਸਕਦਾ। ਗੁਰੂ ਦੀ ਸ਼ਰਨ ਪੈ ਕੇ ਮੈਂ ਤਾਂ ਹਰ ਨਾਮ ਦਾ ਪਾਠ ਹੀ ਪੜ੍ਹਦਾ ਰਹਿੰਦਾ ਹਾਂ। ਇੱਕ ਗਿਰਹੋ 10 ਦੁਆਰ ਹੈ ਜਾ ਕੇ, ਅਹਿਨਸ ਤਸਕਰ 5 ਚੋਰ ਲਗਈਆ। ਹੇ ਭਾਈ, ਮਨੁੱਖ ਦਾ ਇਹ ਸਰੀਰ ਇੱਕ ਅਜਿਹਾ ਘਰ ਹੈ ਜਿਸ ਦੇ 10 ਦਰਵਾਜ਼ੇ ਹਨ। ਇਹਨਾਂ ਦਰਵਾਜ਼ਿਆਂ ਦੇ ਰਾਹੀਂ ਦਿਨ ਰਾਤ ਕਾਮ ਕ੍ਰੋਧ ਲੋਭ ਮੋਹ ਅਹੰਕਾਰ 5 ਚੋਰ ਸਨ ਲਾਈ ਰੱਖਦੇ ਹਨ। ਧਰਮ ਅਰਥ ਸਭ ਹਿਰ ਲੈ ਜਾਵੇ, ਮਨਮੁਖ ਅੰਧਲੇ ਖਬਰ ਨਾ ਪਈਆ। ਇਸ ਦੇ ਅੰਦਰੋਂ ਆਤਮਕ ਜੀਵਨ ਵਾਲਾ ਸਾਰਾ ਧਨ ਚੁਰਾ ਲੈ ਜਾਂਦੇ ਹਨ। ਆਤਮਕ ਜੀਵਨ ਵੱਲੋਂ ਅੰਨੇ ਹੋ ਚੁੱਕੇ ਮਨ ਦੇ ਮੁਰੀਦ ਮਨੁੱਖ ਨੂੰ ਆਪਣੇ ਲੁੱਟੇ ਜਾਣ ਦਾ ਪਤਾ ਹੀ ਨਹੀਂ ਲੱਗਦਾ। ਕੰਚਨ ਕੋਟ ਬਹੁ ਮਾਣਕ ਭਰਿਆ, ਜਾਗੇ ਗਿਆਨ ਤਤ ਲਿਵ ਲਈਆ। ਹੇ ਭਾਈ, ਇਹ ਮਨੁੱਖਾ ਸਰੀਰ ਮਾਨੋ ਸੋਨੇ ਦਾ ਕਿਲਾ ਉੱਚੇ ਆਤਮਕ ਗੁਣਾਂ ਦੇ ਮੋਤੀਆਂ ਨਾਲ ਭਰਿਆ ਹੋਇਆ ਹੈ। ਇਹਨਾਂ ਹੀਰਿਆਂ ਨੂੰ ਚੁਰਾਉਣ ਲਈ, ਲੁੱਟਣ ਲਈ ਕਾਮ ਆਦਿਕ ਚੋਰ ਡਾਕੂ ਆ ਕੇ ਇਸ ਵਿੱਚ ਲੁਕੇ ਰਹਿੰਦੇ ਹਨ। ਤਸਕਰ ਹੇਰੂ ਆਏ ਲੁਕਾਨੇ, ਗੁਰ ਕੈ ਸ਼ਬਦ ਪਕੜ ਬੰਦ ਪਈਆ। ਜਿਹੜੇ ਮਨੁੱਖ ਆਤਮਕ ਜੀਵਨ ਦੇ ਸੋਮੇ ਪ੍ਰਭੂ ਵਿੱਚ ਸੁਰਤੀ ਜੋੜ ਕੇ ਸੁਚੇਤ ਰਹਿੰਦੇ ਹਨ, ਉਹ ਮਨੁੱਖ ਗੁਰੂ ਦੇ ਸ਼ਬਦ ਦੇ ਰਾਹੀਂ ਇਹਨਾਂ ਚੋਰਾਂ ਡਾਕੂਆਂ ਨੂੰ ਫੜ ਕੇ ਬੰਨ ਲੈਂਦੇ ਹਨ। ਹਰ ਹਰ ਨਾਮ ਪੋਤ ਬੋਹਿਥਾ, ਖੇਵਟ ਸ਼ਬਦ ਗੁਰ ਪਾਰ ਲੰਘਈਆ। ਹੇ ਭਾਈ, ਪ੍ਰਭੂ ਦਾ ਨਾਮ ਜਹਾਜ਼ ਹੈ, ਉਸ ਜਹਾਜ਼ ਦਾ ਮਲਾਹ ਗੁਰੂ ਦਾ ਸ਼ਬਦ ਹੈ। ਜਿਹੜਾ ਮਨੁੱਖ ਇਸ ਜਹਾਜ਼ ਦਾ ਆਸਰਾ ਲੈਂਦਾ ਹੈ, ਉਸਨੂੰ ਗੁਰੂ ਵਿਕਾਰਾਂ ਭਰੇ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ। ਜਮ ਜਗਾਤੀ ਨੇੜ ਨਾ ਆਵੇ, ਨਾ ਕੋ ਤਸਕਰ ਚੋਰ ਲਗਈਆ। ਜਮ ਰਾਜ ਮਸੂਲੀਆ ਵੀ ਉਸ ਦੇ ਨੇੜੇ ਨਹੀਂ ਆਉਂਦਾ, ਕਾਮ ਆਦਿਕ ਕੋਈ ਚੋਰ ਵੀ ਸੰਨ ਨਹੀਂ ਲਾ ਸਕਦਾ। ਹਰ ਗੁਣ ਗਾਵੈ ਸਦਾ ਦਿਨ ਰਾਤੀ, ਮੈਂ ਹਰ ਜਸ ਕਹਿਤੇ ਅੰਤ ਨਾ ਲਹੀਆ। ਹੇ ਭਾਈ, ਮੇਰਾ ਮਨ ਹੁਣ ਸਦਾ ਦਿਨ ਰਾਤ ਪ੍ਰਭੂ ਦੇ ਗੁਣ ਗਾਉਂਦਾ ਰਹਿੰਦਾ ਹੈ। ਮੈਂ ਪ੍ਰਭੂ ਦੀ ਸਿਫਤ ਸਲਾਹ ਕਰਦਿਆਂ ਕਰਦਿਆਂ ਸਿਫਤ ਦਾ ਅੰਤ ਨਹੀਂ ਲੱਭ ਸਕਦਾ। ਗੁਰਮੁਖ ਮਨੁਆ ਇਕਤ ਕਰ ਆਵੈ, ਮਿਲੋ ਗੋਪਾਲ ਨਿਸ਼ਾਨ ਬਜਈਆ।
ਗੁਰੂ ਦੀ ਸ਼ਰਨ ਪੈ ਕੇ ਮੇਰਾ ਇਹ ਮਨ ਪ੍ਰਭੂ ਚਰਨਾਂ ਵਿੱਚ ਹੀ ਟਿਕਿਆ ਰਹਿੰਦਾ ਹੈ। ਮੈਂ ਲੋਕ ਰਾਜ ਦੂਰ ਕਰਕੇ ਜਗਤ ਪਾਲਕ ਪ੍ਰਭੂ ਨੂੰ ਮਿਲਿਆ ਰਹਿੰਦਾ ਹਾਂ। ਨੈਨੀ ਦੇਖ ਦਰਸ ਮਨ ਤ੍ਰਿਪਤੈ ਸਰਵੰਨ ਬਾਣੀ ਗੁਰਸ਼ਬਦ ਸੁਨਈਆ। ਹੇ ਭਾਈ, ਅੱਖਾਂ ਨਾਲ ਹਰ ਥਾਂ ਪ੍ਰਭੂ ਦਾ ਦਰਸ਼ਨ ਕਰਕੇ ਮੇਰਾ ਮਨ ਹੋਰ ਵਾਸਨਾ ਵੱਲੋਂ ਰੱਜਿਆ ਰਹਿੰਦਾ ਹੈ। ਮੇਰੇ ਕੰਨ ਗੁਰੂ ਦੀ ਬਾਣੀ ਗੁਰੂ ਦੇ ਸ਼ਬਦ ਨੂੰ ਹੀ ਸੁਣਦੇ ਰਹਿੰਦੇ ਹਨ। ਸੁਣ ਸੁਣ ਆਤਮ ਦੇਵ ਹੈ ਭੀਨੇ, ਰਸ ਰਸ ਰਾਮ ਗੋਪਾਲ ਰਵਈਆ। ਪ੍ਰਭੂ ਦੀ ਸਿਫਸਲਾ ਸੁਣ ਸੁਣ ਕੇ ਮੇਰੀ ਜਿੰਦ ਨਾਮ ਰਸ ਵਿੱਚ ਭਿੱਜੀ ਰਹਿੰਦੀ ਹੈ। ਮੈਂ ਬੜੇ ਆਨੰਦ ਨਾਲ ਰਾਮ ਗੋਪਾਲ ਦੇ ਗੁਣ ਗਾਉਂਦਾ ਰਹਿੰਦਾ ਹਾਂ। ਤ੍ਰੈਗੁਣ ਮਾਇਆ ਮੋਹ ਵਿਆਪੇ, ਤੁਰਿਆ ਗੁਣ ਹੈ ਗੁਰਮੁਖ ਲਹੀਆ। ਹੇ ਭਾਈ, ਮਾਇਆ ਦੇ ਤਿੰਨਾਂ ਗੁਣਾਂ ਦੇ ਅਸਰ ਹੇਠ ਰਹਿਣ ਵਾਲੇ ਜੀਵ ਸਦਾ ਮਾਇਆ ਦੇ ਮੋਹ ਵਿੱਚ ਫਸਿਆ ਰਹਿੰਦੇ ਹਨ। ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਉਹ ਚੌਥਾ ਪਦ ਪ੍ਰਾਪਤ ਕਰ ਲੈਂਦਾ ਹੈ ਜਿੱਥੇ ਮਾਇਆ ਦਾ ਪ੍ਰਭਾਵ ਨਹੀਂ ਪੈ ਸਕਦਾ। ਏਕ ਦ੍ਰਿਸ਼ਟ ਸਭ ਸਮ ਕਰ ਜਾਣੈ, ਨਦਰੀ ਆਵੈ ਸਭ ਬ੍ਰਹਮ ਪਸਰੀਆ। ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਇੱਕ ਪਿਆਰ ਨਿਗਾਹ ਨਾਲ ਸਾਰੀ ਲੁਕਾਈ ਨੂੰ ਇੱਕੋ ਜਿਹੀ ਜਾਣਦਾ ਹੈ। ਉਸਨੂੰ ਇਹ ਪ੍ਰਤੱਖ ਦਿਸ ਪੈਂਦਾ ਹੈ ਕਿ ਹਰ ਥਾਂ ਪ੍ਰਭੂ ਹੀ ਪਸਰਿਆ ਹੋਇਆ ਹੈ। ਰਾਮ ਨਾਮ ਹੈ ਜੋਤ ਸਬਾਈ, ਗੁਰਮੁਖ ਆਪੇ ਅਲਖ ਲਖਈਆ। ਹੇ ਭਾਈ, ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਇਹ ਸਮਝ ਲੈਂਦਾ ਹੈ ਕਿ ਅਲਖ ਪ੍ਰਭੂ ਆਪ ਹੀ ਆਪ ਹਰ ਥਾਂ ਮੌਜੂਦ ਹੈ। ਹਰ ਥਾਂ ਪ੍ਰਭੂ ਦਾ ਹੀ ਨਾਮ ਹੈ, ਸਾਰੀ ਲੁਕਾਈ ਵਿੱਚ ਪ੍ਰਭੂ ਦੀ ਹੀ ਜੋਤ ਹੈ। ਨਾਨਕ ਦੀਨ ਦਇਆਲ ਭਏ ਹੈ, ਭਗਤ ਭਾਏ ਹਰ ਨਾਮ ਸਮਈਆ। ਹੇ ਨਾਨਕ, ਦੀਨਾਂ ਉੱਤੇ ਦਇਆ ਕਰਨ ਵਾਲੇ ਪ੍ਰਭੂ ਜੀ ਜਿਨ੍ਹਾਂ ਉੱਤੇ ਦਇਆਵਾਨ ਹੁੰਦੇ ਹਨ, ਉਹ ਮਨੁੱਖ ਭਗਤੀ ਭਾਵਨਾ ਦੇ ਰਾਹੀਂ ਪ੍ਰਭੂ ਦੇ ਨਾਮ ਵਿੱਚ ਲੀਨ ਰਹਿੰਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।